ਵਾਹਿਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਗੁਰੂ ਦੁਆਰਾ ਬਖਸ਼ੀ ਫਤਿਹ ਫਤਿਹ ਬੁਲੰਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਟੇਜ 'ਤੇ ਬਿਰਾਜਮਾਨ ਸਾਡੇ ਸਤਿਕਾਰਯੋਗ ਸਰਦਾਰ ਚਰਨਜੀਤ ਸਿੰਘ ਜੀਤਾ ਜਿਨ੍ਹਾਂ ਦੇ ਗੁਰਮੁਖ ਫਾਦਰ ਜੀ ਗੁਰਮੁਖ ਸਿੰਘ ਜੀ ਹੇੜੀਆਂ। ਚਲੋ ਇਹਨਾਂ ਨੇ ਮੈਨੂੰ ਪਛਾਣ ਲੈਣੇ, ਮੈਂ ਜਦ ਦੱਸੂੰਗਾ ਇਹਨੇ ਮੈਨੂੰ ਪਛਾਣ ਲੈਣਾ। ਇਕੱਠੇ ਅਸੀਂ ਜਥੇਬੰਦੀ 'ਚ ਵੀ ਕੰਮ ਕੀਤਾ, ਉਸ ਤੋਂ ਇਲਾਵਾ ਸਾਡੇ ਜਥੇਬੰਦੀ ਸਿਮਰਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ, ਉਹਨਾਂ ਦੇ ਜ਼ਿਲ੍ਹਾ ਜਥੇਦਾਰ ਗੁਰਦੀਪ ਸਿੰਘ, ਗੁਰਨਾਮ ਸਿੰਘ ਜੀ ਅਤੇ ਸਰਦਾਰ ਨੋਬਲਜੀਤ ਸਿੰਘ, ਹੋਰ ਸਾਡੇ ਨਿਹੰਗ ਸਿੰਘ ਜਥੇਬੰਦੀ, ਸਰ ਬੂਟਾ ਸਿੰਘ ਸਾਡੇ ਪੁਰਾਣੇ ਸਾਥੀ ਆਏ ਆ, ਬੜਾ ਮਨ ਖੁਸ਼ ਹੋਇਆ। ਸੋ ਮੈਨੂੰ ਆਪਣਾ ਚੇਤਾ ਆ ਜਾਂਦਾ ਜਦੋਂ ਇਹ ਮਹੀਨਾ ਚੜ੍ਹਦਾ ਨਵੰਬਰ ਮਹੀਨਾ, ਮੈਨੂੰ ਵੀ 14 ਨਵੰਬਰ 1987 ਨੂੰ ਫਸਟ ਟਾਈਮ ਅਰੈਸਟ ਕਰ ਲਿਆ ਸੀਗਾ। ਅਤੇ ਇਹਨਾਂ ਦੀਆਂ ਜਦੋਂ ਗ੍ਰਿਫਤਾਰੀਆਂ ਹੋਈਆਂ, ਜਾਣੀ ਇਹਨਾਂ ਸਿੰਘਾਂ ਦੇ ਵਿੱਚੋਂ ਕੋਈ ਤਕਰੀਬਨ ਜਿਹੜੇ ਸਿੰਘ ਸ਼ਹੀਦ ਹੋਏ ਨਾ, ਕੋਈ ਐਸਾ ਸਿੰਘ ਨਹੀਂ ਹੋਊਗਾ ਜਿਹੜੇ ਸਾਡੇ ਪਿੰਡ ਨਹੀਂ ਗਿਆ, ਜਿਹੜਾ ਉਹ ਸਾਡੇ ਸੰਪਰਕ ਵਿੱਚ ਨਾ ਹੋਊਗਾ। ਇਹ ਵੀ ਜਿਹੜੇ ਚਾਰੇ ਸਿੰਘ ਸ਼ਹੀਦ ਇਕੱਠੇ ਹੋਏ ਸੀ, ਸਾਰੇ ਸੰਪਰਕ ਵਿੱਚ ਸੀਗੇ। ਇਸ ਦੇ ਨਾਲ ਇੱਕ ਸੁਰਿੰਦਰ ਸਿੰਘ ਸਿੰਦਾ ਸੀ ਮੇਰਾ, ਹਜੇ ਪਰਮਜੀਤ ਸਿੰਘ ਪੰਮਾ ਸਿੱਖ ਸਿੰਘ ਦਾ ਨਾਮ ਮੈਨੂੰ ਵਿਸਰ ਗਿਆ। ਅਤੇ ਉਦੋਂ ਅਸੀਂ ਵੀ ਚਲੋ ਮੈਨੂੰ ਇਹਦੇ ਚਿਹਰਾ ਦੇਖਦਾ ਚਰਨਜੀਤ ਸਿੰਘ ਦਾ, ਆਪਣਾ ਚੇਤਾ ਆ ਜਾਂਦਾ, ਅਸੀਂ ਵੀ ਐਂ ਹੀ ਸੀਗੇ ਉਸ ਵੇਲੇ, ਜਾਣੀ ਜਿਹੜਾ ਮੁੱਛ ਖੜੀ ਹੈ ਨਾ, ਇੱਦਾਂ ਜੁੱਤ ਨਾਲ ਰਹਿੰਦੇ ਹੁੰਦੇ ਸੀਗੇ। ਅਤੇ ਸੋ ਕਹਿੰਦੇ ਵੀ ਇਹ ਸਾਡੇ ਵੀ ਬੱਸ ਦੀ ਗੱਲ ਨਹੀਂ, ਇਹੋ ਇਹ ਸਾਡੇ ਬਖਸ਼ੀ ਹੈ ਸੰਤ ਜਰਨੈਲ ਸਿੰਘ ਦੀ। ਸੰਤ ਜਰਨੈਲ ਸਿੰਘ ਸੋਚਦਾ ਸਾਰੇ ਅਟੈਚ ਹੋਏ, ਦਰਬਾਰ ਸਾਹਿਬ ਦਾ ਅਟੈਕ ਹੋਇਆ, ਸਾਰੇ ਨੂੰ ਜਵੇ ਬਾਣ ਲਾ ਕੇ ਉਹ ਤਵੇ ਰੋਜ਼ ਜਾ ਕੇ ਉੱਠ ਗਿਆ। ਉਦੋਂ ਲੈ ਕੇ ਚਲੋ ਪਤਾ ਨਹੀਂ ਕਿੰਨੇ ਕੁ ਸਿੰਘ ਅਜੇ ਹੋਰ ਤਿਆਰ ਹੋਈ ਜਾਣੇ, ਤਿਆਰ ਹੋਏ ਆ, ਗਾਂਹ ਤਿਆਰ ਹੋਈ, ਇਹ ਤਾਂ ਇੱਦਾਂ ਰਹਿਣੇ ਆ। ਇਹ ਵੀ ਜਿਹੜੇ ਸਾਡੇ ਅਸੀਂ ਵੀ ਜਿਹੜੇ ਸਾਡੇ ਮਹਾਰਾਜ ਬਖਸ਼ਿਸ਼ ਆ, ਸਾਡੀ ਕੋਈ ਇੱਧਰ ਦੀ ਕੋਈ ਲਾਈਨ ਨਹੀਂ ਸੀਗੀ। 1978 ਤੋਂ ਪਹਿਲਾਂ ਅਸੀਂ ਕਾਲਜ ਪੜ੍ਹਦੇ ਹੁੰਦੇ ਸੀ, ਕੋਈ ਸਾਨੂੰ ਨਹੀਂ ਪਤਾ ਵੀ ਇਸ ਦਿਨ ਤੁਰੇ ਜਾਣ। 1978 ਦੇ ਨਿਰੰਕਾਰੀ ਕਾਂਡ ਹੋਇਆ, ਉਦੋਂ ਲੈ ਕੇ ਅਸੀਂ ਅੱਜ ਕੁਛ ਬਦਲਦੇ ਬਦਲੇ 84 ਵਾਪਰ ਗਿਆ, 84 ਬਾਅਦ ਫਿਰ ਬਿਲਕੁਲ ਤਾਰ ਨਹੀਂ ਵੀ ਹੁਣ ਅਸੀਂ ਵੀ ਇੱਧਰ ਹੀ ਤੁਰਨਾ ਬਸ। ਉਦੋਂ ਲੈ ਕੇ ਨਾਲ ਜਿੱਦਾਂ ਜਿੱਦਾਂ ਸਾਡਾ ਸਮਾਂ ਬੀਤਦਾ ਗਿਆ, 84 ਤੋਂ ਬਾਅਦ ਬੜਾ ਭਿਆਨਕ ਸਮਾਂ ਦੇਖਿਆ, ਜੇਲ੍ਹਾਂ ਵੀ ਕੱਟੀਆਂ, ਰਿਮਾਂਡ ਵੀ ਕੱਟੇ, ਸੀ ਏ ਸਟਾਫ ਦੇ ਰਿਮਾਂਡ, ਇੰਟੈਰੋਗੇਸ਼ਨਾਂ ਵੀ ਚੱਲੀਆਂ, ਸਭ ਕੁਝ ਚੱਲਿਆ, ਪਰ ਨਹੀਂ ਅਸੀਂ ਡੋਲਿਆ ਨਹੀਂ। ਜੋ ਮਰਜ਼ੀ ਹੋ ਜਾਵੇ, ਸਰੀਰ ਵੀ ਨਕਾਰਾ ਆਪਣਾ ਕਰਾ ਲਿਆ, ਫਿਰ ਉੱਥੇ ਤਾਂ ਉੱਥੇ ਹੀ ਆ, ਡੋਲਣਾ ਨਹੀਂ, ਚਾਹੇ ਚਾਹੇ ਪ੍ਰਾਪਤੀ ਹੋਵੇ ਜਾਂ ਨਾ ਹੋਵੇ, ਗੁਰੂ ਮਹਾਰਾਜ ਬੜੀ ਬਖਸ਼ਿਸ਼ ਆ। ਤੋ ਸਿਰਫ ਸੋ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ, ਸਭ ਮਾਈ ਭਾਈ ਨੂੰ, ਵੀ ਸਿੱਖੀ ਨਾ ਜੀਵੋ, ਗੁਰੂ ਗ੍ਰੰਥ ਸਾਹਿਬ ਲੜ ਲੱਗੋ, ਪਖੰਡਵਾਦ ਦੇ ਬਾਬੇ ਆ, ਇਹਨਾਂ ਤੋਂ ਕਿਨਾਰਾ ਕਰੋ। ਜਿਹੜਾ ਤਾਂ ਬਾਬਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ, ਸਾਨੂੰ ਬਾਣੀ ਅਤੇ ਬਾਣੀ ਨਾਲ ਜੋੜਦਾ, ਉਹਦਾ ਸਤਿਕਾਰ ਕਰੋ। ਜਿਹੜਾ ਸਾਨੂੰ ਬਾਣੀ ਨਾਲ ਤੋੜਦਾ ਉਹ ਤੋਂ ਕਿਨਾਰਾ ਕਰੋ। ਖਾਸ ਕਰ ਮੈਂ ਬੀਬੀਆਂ ਭੈਣਾਂ ਨੂੰ ਬੇਨਤੀ ਕਰਦਾ ਵੀ ਆਮ ਪਖੰਡੀ ਜਿਹੜੇ ਬਾਬੇ ਨੂੰ ਮਗਰ ਨਾ ਲੱਗੋ, ਸਾਡਾ ਸਿਰ ਦਸਾਂ ਗੁਰੂਆਂ ਦੀ ਜਾਗ ਦੀ, ਜੋ ਗੁਰੂ ਗ੍ਰੰਥ ਸਾਹਿਬ ਆ, ਇਹ ਤੋਂ ਸਿਵਾਏ ਹੋਰ ਕੋਈ ਨਹੀਂ, ਇਹ ਤੋਂ ਵੱਡਾ ਵੀ ਕੋਈ ਨਹੀਂ ਹੈ ਨਾ। ਜੋ ਸਾਡਾ ਜਨਮ ਤੋਂ ਲੈ ਕੇ ਸੰਸਕਾਰ ਤੱਕ, ਜੋ ਸਾਡੀ ਖੁਸ਼ੀ ਗਮੀ, ਜੋ ਸਾਡੀ ਕੁੜਮਾਈ ਵਿਆਹ ਸਕਦੇ, ਸਾਰੇ ਰਸਮ ਰਿਵਾਜ ਇੱਥੇ ਰੁੱਤ ਮੁਤਾਬਕ ਇਹ ਬਾਣੀ 'ਚ ਚੱਲਦੀ ਹੈ ਨਾ। ਇਹਨੂੰ ਮੰਨ ਲਓ, ਤੁਹਾਡਾ ਸਾਰਾ ਪਾਰ ਤਾਰਾ ਹੋ ਜਾਊਗਾ, ਕੋਈ ਗੱਲ ਬਾਕੀ ਘਬਰਾਉਣ ਦੀ ਕੋਈ ਲੋੜ ਨਹੀਂ, ਚੜ੍ਹਦੀ ਕਲਾ 'ਚ ਰਹਿਣਾ, ਇਹੋ ਜਿਹੀ ਕੋਈ ਗੱਲ ਨਹੀਂ। ਜੋ ਆਪਾਂ ਨੇ ਸ਼ਾਇਦ ਇਹ ਭਾਈ ਸਾਹਿਬ ਜਿਹੜੇ ਚਾਰ ਸਿੰਘ ਸ਼ਹੀਦ, ਮੈਂ ਸਰਦਾਰ ਗੁਰਮੁਖ ਸਿੰਘ ਆਪਣੇ ਬਜ਼ੁਰਗ ਦੇ ਸਰਕਾਰ ਬੇਨਤੀ ਕਰੂੰਗਾ, ਕੋਸ਼ਿਸ਼ ਕਰਿਆ ਕਰੋ, ਚੌਹਾਂ ਸਿੰਘਾਂ ਦੀ ਇਕੱਠੀ ਬਰਸੀ ਮੰਗਾਉਣ ਦੀ ਕੋਸ਼ਿਸ਼ ਕਰਿਆ, ਕਿਉਂ ਉਹ ਜਿਹੜੇ ਦੂਸਰੇ ਸਿੰਘ ਆ, ਇੱਕ ਤਾਂ ਸੁਰਿੰਦਰ ਸਿੰਘ ਸ਼ਿੰਦਾ ਇਸਰੋ ਵੱਲ ਨੌਲੀ ਆ, ਉਹਦਾ ਤਾਂ ਵਿਚਾਰੋ ਘਰ ਹੈ ਹੀ ਨਹੀਂ ਕੋਈ, ਇੱਕ ਅੱਧਾ ਬਿਨਾਂ ਖੋਲ੍ਹਾ ਭਰਾ ਹੋਣਾ ਵੀ ਘਰ ਉੱਜੜਾ ਚਲ ਗਿਆ ਸਾਰਾ, ਹੋਰ ਵੀ ਪਤਾ ਨਹੀਂ, ਬਾਹਰ ਤੋਂ ਮੈਨੂੰ ਨਹੀਂ ਪਤਾ, ਇਹੋ ਜਿਹੇ ਸਿੰਘ ਜਿਹਨਾਂ ਦੇ ਰਾਣੀ ਨਾ ਕੋਈ ਹੈ ਨਹੀਂ, ਬਾਲ ਬਾਰਸ ਬਾਲੀ ਬਾਰਸ ਵੀ ਹੈ ਨਹੀਂ ਕੋਈ ਨਾ। ਚਲੋ ਆਪਾਂ ਚਲੋ ਜੇ ਚਾਰ ਸਿੰਘ ਸ਼ਹੀਦ ਉਹਨਾਂ ਦੇ ਨਾਲ ਲੈ ਹੋ ਜਾਇਆ ਕਰੂਗਾ ਨਾ। ਅਤੇ ਸੋ ਮੇਰੀ ਇੰਨੀ ਕੁ ਬੇਨਤੀ, ਮੈਂ ਬਹੁਤ ਰਹੀ ਨਾ ਕੋਈ ਬੁਲਾ ਰਹੀ ਹਾਂ ਜੀ, ਚਲੋ ਜਜ਼ਬਾਤ ਹੈਗੇ ਮਨ 'ਚ ਜੁੜੇ ਹੋਏ, ਕੌਮ ਨਾਲ ਜੁੜੇ ਰਹਿਣਾ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।